ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਸਾਰੇ ਠੀਕ ਹੋ? ਅਤੇ ਆਪਾਂ ਕੁਝ ਲਾਈਨਾਂ ਲਿਖੀਆਂ ਨੇ, ਹੈ ਨਾ? ਜੇ ਚੰਗਾ ਲੱਗਿਆ ਸ਼ੇਅਰ ਕਮੈਂਟ ਕਰ ਦਿਓ, ਪਰ ਬੈਡ ਕਮੈਂਟ ਨਾ ਕਰਿਓ ਕੋਈ, ਹੈ ਨਾ? ਕਿਉਂਕਿ ਅੱਜ ਕੱਲ੍ਹ ਚੱਲਦੀ ਜੀ ਕੁਛ ਆ। ਅਤੇ ਲਿਖੀਆਂ ਨੇ ਆਪਾਂ ਨੇ, ਅਤੇ ਦੱਸਿਓ ਆਪਾਂ ਨੂੰ ਕਿਵੇਂ ਲੱਗੇ, ਹੈ ਨਾ? ਉਹ ਜਵਾਨੀ ਕਿਸੇ ਕੰਮ ਨਾ ਰਹਿ ਗਈ, ਉਹ ਸਿੰਗਰਾਂ ਲਈ ਨਹੀਂ ਲੜਦੇ, ਉਹ ਮਤ ਖੂਹ ਖਾਤੇ ਵਿੱਚ ਪੈ ਗਈ। ਉਹ ਗੱਲ ਦਾ ਕੋਈ ਨਿਚੋੜ ਨਹੀਂ ਹੁੰਦਾ, ਗੱਲ ਦਾ ਕੋਈ ਨਿਚੋੜ ਨਹੀਂ ਹੁੰਦਾ, ਉਹ ਲੱਤਾਂ ਬਾਹਾਂ ਫੜੀ ਜਾਂਦੇ ਨੇ, ਉਹ ਥੋੜ੍ਹੇ ਜਿਹੇ ਵਿਊ ਲੈਣ ਲਈ ਉਹ ਕੰਟਰੋਵਰਸੀ ਕਰੀ ਜਾਂਦੇ, ਥੋੜ੍ਹੇ ਜਿਹੇ ਵਿਊ ਲੈਣ ਲਈ ਕੰਟਰੋਵਰਸੀ ਕਰੀ ਜਾਂਦੇ ਨੇ। ਸੋ ਅੱਗੇ, ਉਹ ਕੁੜੀਆਂ ਪਾਉਂਦੀਆਂ ਨੇ ਛੋਟੇ ਛੋਟੇ ਕੱਪੜੇ, ਉਹ ਵੱਧ ਗਏ ਨੇ ਇਹਨਾਂ ਦੇ ਵੀ ਨਖਰੇ ਨੇ, ਉਹ ਕਰਦੀਆਂ ਪੁੱਠੇ ਜਿਹੇ ਸਟੈਪ, ਉਹ ਵੱਖਰੇ ਵੱਖਰੇ ਨੇ, ਇਹਨਾਂ ਦਾ ਵੀ ਕੰਮ ਲੋਕੀ ਤੋਰੀ ਜਾਂਦੇ ਨੇ, ਨਾਲੇ ਬੋਲਦੇ ਮਾੜਾ ਨਾਲੇ ਠਰਕਾਂ ਭੋਰੀ ਜਾਂਦੇ ਨੇ, ਨਾਲੇ ਬੋਲਦੇ ਮਾੜਾ ਨਾਲੇ ਠਰਕਾਂ ਭੋਰੀ ਜਾਂਦੇ ਨੇ। ਉਹ ਪੈਰੀ ਨੂੰ ਹੋ ਗਏ 2 ਸਾਲ, ਉਹ ਵੀਡੀਓ ਬਣਾਉਂਦੇ ਨੂੰ ਹੌਲੀ ਹੌਲੀ ਮਿੱਤਰੋ, ਉਹ ਅੱਗੇ ਆਉਂਦੇ ਨੂੰ ਹੌਲੀ ਹੌਲੀ ਮਿੱਤਰੋ, ਅੱਗੇ ਆਉਂਦੇ ਨੂੰ। ਉਹ ਸਾਲਾ ਕੋਈ ਸਪੋਰਟ ਨਹੀਂ ਕਰਦਾ, ਉਹ ਚੰਗੀਆਂ ਚੀਜ਼ਾਂ ਨੂੰ ਸਿੱਧਾ ਸਕਿੱਪ ਕਰਦੇ ਨੇ, ਉਹ ਮੇਰੇ ਵਰਗੇ ਨੂੰ ਤਾਂ ਲੋਕੀ ਬਈ ਸ਼ਕਲਾਂ ਤੋਂ ਜੱਜ ਕਰਦੇ ਨੇ, ਮੇਰੇ ਵਰਗੇ ਨੂੰ ਤਾਂ ਲੋਕੀ ਸਾਲੇ ਸ਼ਕਲਾਂ ਤੋਂ ਜੱਜ ਕਰਦੇ ਨੇ। ਸੋ ਦੱਸਿਓ ਬਈ ਕਿਵੇਂ ਲੱਗਿਆ ਗਾਣਾ, ਹੈ ਨਾ? ਅਤੇ ਮੈਂ 4 ਲਾਈਨਾਂ ਲਿਖੀਆਂ ਨੇ, ਅਤੇ ਬਾਕੀ ਧੰਨਵਾਦ ਤੁਹਾਡਾ, ਸਪੋਰਟ ਕਰਿਓ।